ਸੋ ਜਿਉਂ ਜਿਉਂ ਇਲੈਕਸ਼ਨ ਜਿਹੜੇ ਨੇ ਨੇੜੇ ਆਉਂਦੇ ਪਏ ਨੇ ਤਾਂ ਵਰਕਰ ਵੀ ਜਿਹੜੇ ਨੇ ਉਹ ਪੱਬਾ ਭਾਰ ਹੋਏ ਪਏ ਨੇ। ਤੁਹਾਨੂੰ ਤਸਵੀਰਾਂ ਦਿਖਾ ਦਾਂਗੇ ਬਟਾਲੇ ਸ਼ਹਿਰ ਤੋਂ, ਬਟਾਲੇ ਸ਼ਹਿਰ ਤੋਂ ਤਸਵੀਰਾਂ ਦਿਖਾ ਰਹੇ ਹਾਂ ਅਤੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀ ਜਿਹੜੀ ਬੜੀ ਡਿਮਾਂਡ ਹੈ, ਬੜੀ ਡਿਮਾਂਡ ਹੈ। ਬਟਾਲਾ ਸ਼ਹਿਰ ਦੇ ਲੋਕ ਜਿਹੜੇ ਨੇ ਉਹ ਮੰਗ ਕਰ ਰਹੇ ਨੇ, ਉਹ ਮੰਗ ਕਰ ਰਹੇ ਨੇ ਕਿ ਇਹਨਾਂ ਨੂੰ ਹਲਕਾ ਗੁਰਦਾਸਪੁਰ ਤੋਂ ਲੋਕ ਸਭਾ ਦੀ ਜਿਹੜੀ ਹੈ ਉਹ ਟਿਕਟ ਦਿੱਤੀ ਜਾਵੇ। ਸੋ ਆਪਾਂ ਗੱਲਬਾਤ ਵੀ ਕਰਾਂਗੇ, ਪਰ ਉਹਨਾਂ ਨੇ ਆਪਣੇ ਮੂੰਹੋਂ ਕਦੇ ਨਹੀਂ ਕਿਹਾ ਕਿ ਸਾਨੂੰ ਜਿਹੜੀ ਇਹ ਟਿਕਟ ਦਿੱਤੀ ਜਾਵੇ। ਪਰ ਉਹਦੇ ਜਿਹੜੇ ਸਮਰਥਕ ਨੇ ਜਿਨ੍ਹਾਂ ਨੇ ਪਿਆਰ ਬਣਾਏ ਅਤੇ ਹਰ ਇੱਕ ਦੁੱਖ ਸੁੱਖ ਦੇ ਵਿੱਚ ਭਾਈਵਾਲ ਹੁੰਦੇ ਨੇ, ਭਾਵੇਂ ਰਾਤ ਦੇ 12 ਵਜੇ ਹੋਣ ਅਤੇ ਭਾਵੇਂ 1 ਵਜਿਆ ਹੋਵੇ, ਜੇ ਤੁਲੀ ਸਾਹਿਬ ਨੂੰ ਫੋਨ ਆਉਂਦਾ ਹੈ ਤਾਂ ਉਹ ਫੱਟ ਆਪਣੀ ਟੀਮ ਲੈ ਕੇ ਆਪਣਾ ਜਿਹੜਾ ਹੈ ਕਾਫਲਾ ਲੈ ਕੇ ਉੱਥੇ ਪਹੁੰਚ ਜਾਂਦੇ ਨੇ। ਭਾਵੇਂ ਉਹ ਚੰਗਾ ਕੰਮ ਹੋਵੇ ਅਤੇ ਭਾਵੇਂ ਮਾੜਾ ਕੰਮ ਹੋਵੇ, ਉਹ ਜਾ ਕੇ ਉਹਨਾਂ ਦਾ ਜਿਹੜਾ ਹੈ ਮਸਲਾ ਹੱਲ ਕਰਾਉਂਦੇ ਨੇ। ਟਾਈਮ ਨਹੀਂ ਦੇਖਦੇ, ਸਵੇਰ ਤੋਂ ਨਿਕਲਦੇ ਨੇ ਅਤੇ ਰਾਤ 12 ਵੱਜ ਜਾਂਦੇ ਨੇ। ਘਰਦਿਆਂ ਨੂੰ ਨਹੀਂ ਪਤਾ ਹੁੰਦਾ ਕਿ ਤੁਲੀ ਸਾਹਿਬ ਨੇ ਕਦੋਂ ਆਉਣਾ, ਪਰ ਘਰਦਿਆਂ ਦੀ ਵੀ ਸੇਵਾ ਕਰਦੇ ਨੇ ਅਤੇ ਨਾਲ ਦੀ ਨਾਲ ਲੋਕਾਂ ਦੀ ਵੀ ਸੇਵਾ ਕਰਦੇ ਨੇ। ਸੋ ਤਸਵੀਰਾਂ ਫਿਰ ਤੁਹਾਨੂੰ ਦਿਖਾ ਦਾਂਗੇ ਕਿ ਲੋਕ ਨਾਅਰਿਆਂ ਦੇ ਨਾਲ ਸੋ ਤੁਸੀਂ ਸੋਹਣੀ ਲਿਆ ਹੋਏਗਾ ਕਿ ਕਿੱਦਾਂ ਲੋਕਾਂ ਦੇ ਵਿੱਚ ਜਿਹੜੀ ਉਹ ਖੁਸ਼ੀ ਦੀ ਲਹਿਰ ਹੈ। ਉਹ ਕਹਿੰਦੇ ਪਏ ਨੇ ਕਿ ਤੁਲੀ ਸਾਹਿਬ ਨੂੰ ਜਿਹੜੀ ਹੈ ਹਲਕਾ ਲੋਕ ਸਭਾ ਤੋਂ ਜਿਹੜੀ ਗੁਰਦਾਸਪੁਰ ਤੋਂ ਜਿਹੜੀ ਹੈ ਟਿਕਟ ਦਿੱਤੀ ਜਾਵੇ। ਆਪਾਂ ਵੀ ਗੱਲਬਾਤ ਉਹਨਾਂ ਨਾਲ ਕਰਾਂਗੇ ਕਿਉਂਕਿ ਉਹਨਾਂ ਨੇ ਮੂੰਹੋਂ ਕਦੀ ਨਹੀਂ ਕਿਹਾ, ਪਰ ਲੋਕ ਜਿਹੜੇ ਨੇ ਉਹਨਾਂ ਦੇ ਸਮਰਥਕ ਨੇ ਜਿਹੜੇ ਜਿਹਨਾਂ ਨੂੰ ਪਿਆਰ ਮਿਲਦਾ ਉਹਨਾਂ ਕੋਲੋਂ ਉਹ ਜ਼ਰੂਰ ਕਹਿੰਦੇ ਨੇ। ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ। ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਜੇ? ਰੂਪਦਾਸ ਸਿੰਘ। ਕਿੱਦਾਂ ਦੇਖਦੇ ਹੋ ਜੀ ਤੁਲੀ ਸਾਹਿਬ ਨੂੰ ਟਿਕਟ ਦਿੱਤੀ ਜਾਵੇ? ਇਹ ਤੇ ਜ਼ਰੂਰ ਜੀ, ਅਸੀਂ ਤੇ ਕਹਿੰਦੇ ਹਾਂ ਵੀ ਟਿਕਟ ਮਿਲਣੀ ਚਾਹੀਦੀ। ਸਾਡਾ ਇਹ ਏਰੀਆ ਦਾ ਆਪਣੇ ਦਾ ਬੰਦਾ ਜਿਹੜਾ ਉਹਨੂੰ ਟਿਕਟ ਨਾ ਮਿਲੇ ਤੇ ਫਿਰ ਬੜੀ ਮੁਸ਼ਕਲ ਹੈ। ਬਜ਼ੁਰਗੋ ਅੱਗੇ ਬੜੇ ਚਿਹਰੇ ਆਏ ਨੇ, ਐਕਟਰ ਵੀ ਬੜੇ ਆਏ ਨੇ, ਹੀਰੋਇਨ ਵੀ ਬੜੇ ਆਏ ਨੇ, ਉਹਨਾਂ ਨੇ ਕੀ ਕੀਤਾ ਤੁਹਾਡੇ ਵਾਸਤੇ? ਬਸ ਇਹੋ ਹੀ ਹੁੰਦਾ, ਉਸ ਟਾਈਮ ਤੇ ਤਾਂ ਸਭ ਕੁਝ ਬਣ ਜਾਂਦਾ ਵਾ, ਮੁੜ ਕੇ ਬਾਅਦ ਦੀ ਗੱਲ ਵਾ, ਬਾਅਦ ਦੇ ਬੰਦੇ ਨੂੰ ਮਿਲਣਾ ਚਾਹੀਦਾ। ਕਿੱਥੇ ਚੱਲ ਜਾਂਦੇ ਨੇ? ਭੱਜ ਜਾਂਦੇ ਨੇ ਫਿਰ? ਇਹ ਤੇ ਹੁਣ ਤੁਹਾਨੂੰ ਵੀ ਪਤਾ ਨਹੀਂ ਉਹ ਭੱਜ ਕਿੱਥੇ ਜਾਣਾ, ਫਿਰ ਮੁੜ ਕੇ ਇਹ ਲੱਭਣਾ ਕਿਸੇ ਨੇ ਨੀ। ਸੋ ਤੁਸੀਂ ਕੀ ਕਹਿੰਦੇ ਹੋ ਕਿ? ਅਸੀਂ ਕਹਿੰਦੇ ਹਾਂ ਵੀ ਤੁਲੀ ਸਾਹਿਬ ਇਹ ਵੀ ਗਾੜੀ ਆਉਣ, ਅੱਗੇ ਆਉਣ ਤੇ ਪਤਾ ਲੱਗੇ ਸਗੋਂ। ਸੋ ਗੱਲਬਾਤ ਕੀਤੀ ਹੈ, ਬਜ਼ੁਰਗ ਹੈ ਜੀ, ਕਹਿੰਦੇ ਜੀ ਉਹਨਾਂ ਦਾ ਪਤਾ ਨਹੀਂ ਲੱਗਦਾ ਕਿੱਥੇ ਭੱਜ ਜਾਂਦੇ ਨੇ। ਤੇ ਆਪਾਂ ਕਹਿੰਦੇ ਕਿ ਸਾਡੇ ਲੋਕਲ ਜਿਹੜੇ ਨੇ ਕੈਂਡੀਡੇਟ ਨੇ ਉਹਨਾਂ ਨੂੰ ਜਿਹੜੀ ਹੈ ਟਿਕਟ ਦਿੱਤੀ ਜਾਵੇ। ਆਪਾਂ ਗੱਲਬਾਤ ਵੀ ਕਰਦੇ ਹਾਂ, ਹੋਰ ਵੀ ਇੱਥੇ ਮੌਜੂਦ ਨੇ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਜੇ? ਇੰਦਰਜੀਤ ਸਿੰਘ। ਸੋ ਕਿੱਦਾਂ ਦੇਖਦੇ ਹੋ ਕਿ ਤੁਲੀ ਸਾਹਿਬ ਨੂੰ ਟਿਕਟ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਦਿੱਤੀ ਜਾਵੇ? ਬੜੀ ਮੰਗ ਆ ਲੋਕਾਂ ਦੀ, ਕਿਉਂਕਿ ਪਿਆਰ ਕਰਦੇ ਨੇ ਲੋਕ, ਤੁਸੀਂ ਕਿੱਦਾਂ ਦੇਖਦੇ ਹੋ? ਅਸੀਂ ਤਾਂ ਇਹ ਦੇਖਦੇ ਹਾਂ ਵੀ ਆ ਕੇ ਜਿਹੜਾ ਬੰਦਾ ਕੰਮ ਕਰਦਾ ਨਾ ਉਹਦੀ ਤਾਂ ਸਲਾਂਘਾ ਹੁੰਦੀ ਆ ਹਰ ਰੋਜ਼ ਜੀ। ਤੋ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਕਿ ਮਤਲਬ ਉਹ ਇੱਥੇ ਵਾਅਦੇ ਕਰ ਜਾਂਦੇ ਆ, ਮੁੜ ਕੇ ਬਾਅਦ 'ਚ ਕੋਈ ਲਾਗੇ ਨਹੀਂ ਲੱਗਦਾ, ਜਿਹੜੀ ਗੱਲ ਇਹਨਾਂ ਨੇ ਕਹੀ ਆ। ਅਤੇ ਦੂਜੀ ਗੱਲ ਹੈ ਕਿ ਜਿਹੜਾ ਕੰਮ ਕਰਦਾ ਉਹਨੂੰ ਤਾਂ ਸਲਾਂਘਾ ਹੁੰਦੀਆਂ ਨੇ, ਫਿਰ ਉਹਦਾ ਨਾਮ ਹੀ ਲੈਂਦੇ ਲੋਕ। ਅਤੇ ਆਪ ਜੀ ਕਰੋਗੇ ਤਾਂ ਸਲਾਂਘਾ ਯੋਗ ਹੋਏਗਾ। ਸੋ ਕੀ ਬੇਨਤੀ ਕਰਨਾ ਚਾਹੁੰਦੇ ਹੋ ਅਰਵਿੰਦ ਜੀ ਨੂੰ ਅਤੇ ਭਗਵੰਤ ਮਾਨ ਜੀ? ਇਹਨਾਂ ਦੀ ਸਰਕਾਰ ਆਈ ਆ, ਸਾਨੂੰ ਤਾਂ ਬੜੀ ਖੁਸ਼ੀ ਆ ਕਿ ਕੰਮ ਆਉਂਦੇ ਆ, ਸਾਰਿਆਂ ਦੇ ਕੰਮ ਆਉਂਦੇ ਆ, ਵਧੀਆ ਕੰਮ ਚਲਾ ਰਹੇ ਆ, ਅਤੇ ਗਾਂਹ ਵੀ ਇਸ ਤਰ੍ਹਾਂ ਹੀ ਚਲਾਉਂਦੇ ਰਹਿਣਗੇ, ਅਤੇ ਅਸੀਂ ਤਾਂ ਕਹਿੰਦੇ ਇਹੋ ਹੀ ਸਰਕਾਰ ਆਏ ਮੁੜ ਕੇ। ਸੋ ਗੱਲਬਾਤ ਕਰਾਂਗੇ, ਹੋਰ ਵੀ ਇੱਥੇ ਮੌਜੂਦ ਨੇ ਮੈਂਬਰ, ਕਿਉਂਕਿ ਕਹਿੰਦੇ ਨੇ ਕਿ ਕੰਮ ਕੰਮ ਹੋਣਾ ਚਾਹੀਦਾ, ਸਰਕਾਰ ਜਿਹੜੀ ਮਰਜ਼ੀ ਹੋਵੇ।
ਪਰ ਸਰਕਾਰ ਜਿਹੜੀ ਹੁਣ ਆਮ ਪਾਰਟੀ ਦੀ ਆਈ ਹੈ ਅਤੇ ਆਮ ਬੰਦਾ ਵੀ ਜਿਹੜਾ ਹੈ ਉਹ ਵੀ ਲੀਡਰ ਬਣ ਗਿਆ, ਕਿਉਂਕਿ ਉਹਨਾਂ ਦੇ ਕੰਮ ਜਿਹੜੇ ਨੇ ਉਹ ਰੁਕਦੇ ਨਹੀਂ, ਘਰ ਆਣ ਕੇ ਉਹਨਾਂ ਦੇ ਦੁਆਰ 'ਤੇ ਆਣ ਕੇ ਜਿਹੜੇ ਕੰਮ ਹੋ ਰਹੇ ਨੇ, ਭਾਵੇਂ ਉਹ ਛੋਟੀ ਸਕੀਮ ਹੈ ਅਤੇ ਭਾਵੇਂ ਵੱਡੀ ਸਕੀਮ, ਆਪਾਂ ਗੱਲਬਾਤ ਵੀ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਜੀ? ਮੇਰਾ ਸਰਬਜੀਤ ਸਿੰਘ ਨਾਮ। ਸਰਬਜੀਤ ਜੀ, ਕਿੱਦਾਂ ਦੇਖਦੇ ਹੋ ਕਿ ਤੁੱਲੀ ਸਾਹਿਬ ਨੂੰ ਬੜੀਆਂ ਲੋਕ ਸਪੋਰਟ ਕਰ ਰਹੇ ਨੇ? ਮੈਂ ਸਭ ਤੋਂ ਪਹਿਲਾਂ ਤਾਂ ਇਹ ਕਹਿਣਾ ਚਾਹੁੰਦਾ ਕਿ ਮੈਂ 84 ਦੰਗੇ ਦਾ ਪੀੜਤਾ ਕਾਨਪੁਰ ਤੋਂ ਆਇਆ ਜੀ। ਜਦੋਂ ਦੇ ਆਏ ਸਾਡੇ ਮਾਤਾ ਜੀ ਸੀ ਬਜ਼ੁਰਗ, ਪਿਤਾ ਜੀ ਸੀ ਬਜ਼ੁਰਗ, ਅੱਜ 30-35 ਸਾਲ ਹੋ ਗਏ ਨੇ। ਉਹ ਕਹਿੰਦੇ ਕਿ ਸਾਡੇ ਜਿੰਦਿਆਂ ਜੀ ਗਲੀ ਬਣ ਜੂਗੀ, ਮਿੱਟੀ ਪਵਾਈ ਜਿਹੜਾ ਖੋਭਾ ਹੁੰਦਾ ਸੀ, ਠੀਕ ਹੈ, ਆਉਣਾ ਜਦੋਂ ਵੋਟਾਂ ਪੈਣੀਆਂ ਆ ਜਾਣਾ, ਚਲੇ ਕੇ ਜਾਣਾ, ਕੰਮ ਕੋਈ ਨਹੀਂ ਹੋਇਆ। ਜਦੋਂ ਵੀ ਕੋਈ ਸਰਕਾਰ ਵਾਲੀ, ਪਿਤਾ ਜੀ ਵੀ ਡੈਥ ਹੋ ਗਈ, ਮਾਤਾ ਕਹਿੰਦੀ ਸਾਡੇ ਹੁੰਦੇ ਗਲੀ ਬਣ ਜੂਗੀ, ਐਂ ਕਿ ਕੋਈ ਨਹੀਂ ਬਣ ਜਾਏਗੀ, ਮਿੱਟੀ ਪਵਾਤੀ ਆਉਣ, ਜਿਹੜਾ ਜਦੋਂ ਜੋ ਵੀ ਸ਼ੁਰੂਆਤ ਹੋਈ ਹੈ ਬਹੁਤ ਅੱਛੀ ਚੱਲ ਰਹੀ ਹੈ ਹੁਣ, ਪਰ ਇਹ ਗਲੀ ਰਹਿ ਗਈ ਹੈ। ਤੋਂ ਅਸੀਂ ਦੇਖਦੇ ਹਾਂ ਕਿ ਥੋੜ੍ਹਾ ਜਿਹਾ ਰਹਿ ਗਿਆ ਕੰਮ, ਬਾਕੀ ਸਾਰੇ ਚੱਲਣ ਡਿਆ। ਬਾਕੀ ਤੁਲੀ ਸਾਹਿਬ ਆਏ ਨੇ, ਅਸੀਂ ਸਾਰੇ ਸੋਚਦੇ ਕਿ ਅੱਗੇ ਤੋਂ ਜਦੋਂ ਦੀ ਆਮ ਪਾਰਟੀ ਆਈ, ਉਦੋਂ ਮੈਂ ਜਦੋਂ ਹਾਲੇ ਅਨਾਊਂਸਮੈਂਟ ਚੱਲਦੀ ਸੀ ਉਦੋਂ ਮੈਂ ਸਾਰਿਆਂ ਨੂੰ ਕਹਿਤਾ ਹੈ ਕਿ ਮੈਂ ਜਿੰਦਾਬਾਦ ਹੈ ਜੀ, ਆਮ ਆਦਮੀ ਪਾਰਟੀ ਜਿੰਦਾਬਾਦ, ਠੀਕ ਹੈ, ਉਹ ਹੋਈ ਜਿੰਦਾਬਾਦ, ਕਰਾਇਆ ਵੀ ਸਾਰੇ ਰਲ ਕੇ, ਅਤੇ ਜੇ ਅਸੀਂ ਸਾਰੇ ਰਲ ਕੇ ਕਰਾਇਆ, ਸਾਨੂੰ ਵੀ ਥੋੜ੍ਹਾ ਜਿਹਾ ਸਹੂਲਤ ਚਾਹੀਦੀ ਹੈ, ਸਾਨੂੰ ਵੀ ਥੋੜ੍ਹਾ ਜਿਹਾ ਸੁੱਖ ਚਾਹੀਦਾ। ਬਾਕੀ ਤੁਲੀ ਸਾਹਿਬ ਆਏ ਨੇ, ਬਾਕੀ ਆਪਣਾ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਬਸ ਸਾਨੂੰ ਨਵੇਂ ਚਾਹੀਦੇ ਬੰਦੇ, ਕੰਮ ਕਰਨ ਵਾਲੇ ਜੋ ਕੰਮ ਕਰਨ ਡੇ ਨੇ, ਗਾੜੀ ਕੰਮ ਕਰਨ ਡੇ ਨੇ, ਹੋਰ ਵੀ ਕੰਮ ਕਰਨਗੇ। ਹਾਂਜੀ, ਟਿਕਟ ਵੱਲੋਂ ਕੀ ਕਹਿਣਾ ਚਾਹੁੰਦੇ? ਟਿਕਟ ਵੱਲੋਂ, ਟਿਕਟ ਤਾਂ ਅਸੀਂ ਸਾਰੇ ਰੱਖ ਕੇ ਇਹੀ ਕਹਿੰਦੇ ਹਾਂ ਕਿ ਟਿਕਟ ਦੇਣੀ ਹੈ ਉਹ ਮਿਲਣੀ, ਉਹ ਦਿਲਵਾ ਦੇਣੀ, ਜੇ ਆਮ ਆਦਮੀ ਪਾਰਟੀ ਦਵਾ ਤਾਂ ਇਹਨਾਂ ਨੂੰ ਵੀ ਦਵਾ ਦਾਂਗੇ, ਉਹ ਦਵਾ ਦੇਣੀ ਹੈ। ਸੋ ਗੱਲਬਾਤ ਕੀਤੀ ਹੈ ਜੀ, ਉਹਨਾਂ ਨੇ ਕਿਹਾ ਜੀ ਟਿਕਟ ਮਿਲ ਵੀ ਜਾਣੀ ਹੈ ਅਤੇ ਦਵਾ ਵੀ ਦੇਣੀ ਹੈ। ਆਪਾਂ ਤੁਲੀ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ, ਕਿਉਂਕਿ ਤੁਲੀ ਸਾਹਿਬ ਨੇ ਵੀ ਮੂੰਹ ਹੋਣੀ ਕਿਹਾ, ਕਿਉਂਕਿ ਲੋਕ ਪਿਆਰ ਹੀ ਬੜਾ ਦਿੰਦੇ ਨੇ, ਤਾਂ ਲੋਕ ਹੀ ਜਿਹੜਾ ਹੈ ਭਰਮਾ ਹੁੰਗਾਰਾ ਭਰ ਰਹੇ ਨੇ ਕਿ ਉਹਨਾਂ ਨੂੰ ਜਿਹੜੀ ਹੈ ਟਿਕਟ ਦਿੱਤੀ ਜਾਵੇ। ਆਪਾਂ ਹੋਰ ਵੀ ਇੱਥੇ ਮੌਜੂਦ ਨੇ, ਆਪਾਂ ਗੱਲਬਾਤ ਕਰਾਂਗੇ। ਭਾਈ ਇੱਧਰ ਆਇਓ ਜਰਾ, ਕੀ ਕਹਿਣਾ ਉਹਨਾਂ ਦਾ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਜੀ? ਮੇਰਾ ਨਾਮ ਸੁਰਿੰਦਰ ਸਿੰਘ ਆ, ਡਰਾਈਵਰੀ ਕਰਦਾ, ਟਰੱਕ ਡਰਾਈਵਰ ਆ ਜੀ। ਜਿੱਦਾਂ ਵੀਰ ਜੀ ਤੁਸੀਂ ਕਿਹਾ ਵਾ ਵੀ ਐਕਟਰ ਵੀ ਆਏ ਆ, ਐਮਪੀ ਬਣੇ, ਸਭ ਕੁਝ ਬਣੇ ਆ, ਹਨਾ। ਮੈਂ ਸਾਨੇਵਾਲ ਗੱਡੀ ਚਲਾ ਕੇ ਆਇਆ, ਕੱਲ ਪਰਸੋਂ ਤੋਂ ਹੀ ਉੱਥੇ ਹੋਣ ਡਿਆ, ਮੇਰਾ ਮੋਬਾਈਲ ਨਾ ਉੱਥੇ ਚੋਰੀ ਹੋ ਗਿਆ ਸੀ, ਠੀਕ ਆ ਜੀ, ਤੇ ਮੈਂ ਅਪੀਲ ਕੀਤੀ ਜਾ ਕੇ ਉੱਥੇ ਸੰਨੀ ਦਿਓਲ ਦੇ ਘਰ ਦੇ ਲਾਗੇ ਹੀ, ਮੈਂ ਚਲਾਉਣ ਡਿਆ ਹਾਂ ਗੱਡੀ, ਆਪਣੀ ਮਿੱਟੀ ਵਾਲੀ ਗੱਡੀ ਚਲਾਉਂਦਾ ਵਾ, ਪਰ ਮੇਰਾ ਮੋਬਾਈਲ ਨਹੀਂ ਮਿਲਿਆ, ਠੀਕ ਆ ਜੀ। ਮੈਂ ਆਪਣੇ ਹਲਕੇ ਦੇ ਵਿੱਚ ਟਿੱਲੀ ਸਾਹਿਬ ਕੋਲੋਂ ਗਿਆ ਸੀ, ਉਹਨਾਂ ਕੋਲ ਇਜਾਜ਼ਤ ਮੰਗੀ ਵੀ ਮੈਂ ਸਰ ਇੱਦਾਂ ਡਰਾਈਵਰ ਬੰਦਾ ਵਾ, ਮੇਰਾ ਮੋਬਾਈਲ ਖੋ ਗਿਆ ਵਾ, ਅਤੇ ਸਾਨੂੰ ਇਹੋ ਹੀ ਇਹਨਾਂ ਦੀ ਉਮੀਦਵਾਰ ਆ ਵੀ ਇਹੋ ਜਿਹੇ ਬੰਦੇ ਆਉਣ ਅਤੇ ਇਹੋ ਜਿਹੇ ਬੰਦੇ ਸਾਨੂੰ ਅਗਾਂਹ ਅੱਗੇ ਚੁੱਕ ਕੇ ਕਰਨ, ਸਾਨੂੰ ਪਤਾ ਲੱਗੇ ਵੀ ਇਹਨਾਂ ਨੂੰ ਟਿਕਟ ਦਿੱਤੀ ਜਾਵੇ ਇੱਥੋਂ, ਠੀਕ ਆ ਜੀ। ਇਹਨਾਂ ਨੇ ਮੇਰਾ 24 ਘੰਟਿਆਂ ਦੇ ਵਿੱਚ ਹੱਲ ਕਰਾਤਾ ਜੀ, ਵੀ ਬਹੁਤ ਵਧੀਆ। ਮੈਨੂੰ ਇਹਨਾਂ ਬੰਦਿਆਂ ਦੀ ਸਾਨੂੰ ਅੱਗੇ ਆਉਣ ਦੀ ਜ਼ਰੂਰਤ ਆ ਜੀ, ਬਸ ਸਾਨੂੰ ਹੋਰ ਕੋਈ ਚੀਜ਼ ਨਹੀਂ ਲੋੜ। ਸੋ ਕੀ ਮੰਗ ਕਰਦੇ ਹੋ ਭਗਵੰਤ ਮਾਨ ਜੀ ਕੋਲ ਇਹਨਾਂ ਬਾਰੇ? ਬਸ ਟੁੱਲੀ ਸਾਹਿਬ ਬਹੁਤ ਵਧੀਆ ਇਨਸਾਨ ਨੇ, ਬਹੁਤ ਵਧੀਆ ਵੇ, ਇਹਨਾਂ ਨੂੰ ਮੌਕਾ ਦਿੱਤਾ ਜਾਵੇ ਇੱਥੋਂ ਦਾ ਟਿਕਟ ਦਾ, ਅਤੇ ਭਗਵੰਤ ਮਾਨ ਜੀ ਵੀ ਬਹੁਤ ਵਧੀਆ, ਮਤਲਬ ਬਹੁਤ ਅੱਛੇ ਇਨਸਾਨ ਨੇ। ਬਾਕੀ ਕੰਮ ਵੇਖਿਆ ਇਹਨਾਂ ਦਾ, ਬਹੁਤ ਵਧੀਆ ਹੀ ਕੰਮ ਆ, ਅਤੇ ਟੁੱਲੀ ਸਾਹਿਬ ਜਿੰਦਾਬਾਦ। ਲਓ ਜੀ, ਗੱਲਬਾਤ ਕੀਤੀ ਜੀ, ਉਹਨਾਂ ਨੇ ਕਿਹਾ ਜੀ ਆਪਾਂ ਗੱਡੀ ਚਲਾਉਂਦੇ ਹਾਂ, ਸਾਨੇਵਾਲ ਗੱਡੀ ਚਲਾਉਣ ਗਏ ਸੀਗੇ, ਪਰ ਉੱਥੇ ਮੇਰਾ ਮੋਬਾਈਲ ਗੁੰਮ ਹੋ ਗਿਆ, ਪਰ 24 ਘੰਟਿਆਂ ਦੇ ਵਿੱਚ ਜਿਹੜਾ ਮਸਲਾ ਹੱਲ ਕਰਾਤਾ ਤੁਲੀ ਸਾਹਿਬ ਨੇ। ਕਿਉਂਕਿ ਕਹਿੰਦੇ ਨੇ ਕਿ ਮੂੰਹ ਬੋਲ ਕੇ ਨਹੀਂ ਕੰਮ ਹੁੰਦਾ, ਜੇ ਕਿਸੇ ਦਾ ਕੰਮ ਹੁੰਦਾ ਹੈ ਤਾਂ ਫੇਰ ਹੀ ਕੋਈ ਤਾਰੀਫ ਕਰਦਾ, ਕੰਮ ਹੋਇਆ ਤਾਂ ਸਿਫਤ ਹੁੰਦੀ ਹੈ। ਹੁਣ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਭਗਵੰਤ ਮਾਨ ਦੀ ਸਰਕਾਰ ਆਈ ਹੈ ਅਤੇ ਸਾਰੇ ਪਾਸੇ ਪੰਜਾਬ ਦੇ ਵਿੱਚ ਜਿਹੜਾ ਹੈ ਕੰਮ ਹੋ ਰਿਹਾ, ਕੰਮ ਹੋ ਰਿਹਾ ਅਤੇ ਸਿਫਤਾਂ ਹੋ ਰਹੀਆਂ ਨੇ, ਅਤੇ ਆਪਾਂ ਗੱਲਬਾਤ ਵੀ ਕਰਦੇ ਹਾਂ ਤੁਲੀ ਸਾਹਿਬ ਨਾਲ ਵੀ ਗੱਲਬਾਤ ਕਰਦੇ ਹਾਂ, ਕੀ ਕਹਿਣਾ ਉਹਨਾਂ ਦਾ? ਸੋ ਨਮਸਕਾਰ, ਨਮਸਕਾਰ ਜੀ। ਤੁਲੀ ਸਾਹਿਬ,
ਬੜੇ ਲੋਕ ਨੇ, ਬੜਾ ਪਿਆਰ ਕਰਦੇ ਨੇ ਤੁਹਾਨੂੰ, ਤੁਸੀਂ ਕਦੇ ਮੂੰਹੋਂ ਨਹੀਂ ਕਿਹਾ ਕਿ ਸਾਨੂੰ ਟਿਕਟ ਦਿਓ, ਪਰ ਜਿਨ੍ਹਾਂ ਦੇ ਤੁਸੀਂ ਕੰਮ ਕੀਤੇ ਨੇ, 24 ਘੰਟੇ ਕੰਮ ਕਰਦੇ ਹੋ, ਦਿਨ ਰਾਤ ਸੇਵਾ ਕਰਦੇ ਹੋ, ਉਹਨਾਂ ਨੇ ਤੁਹਾਡੀ ਝੋਲੀ ਦੇ ਵਿੱਚ ਟਿਕਟ ਪਾ ਦਿੱਤੀ ਹੈ, ਕੀ ਕਹਿਣਾ ਚਾਹੁੰਦੇ ਹੋ? ਮੇਰੇ ਖਿਆਲ ਨਾਲ ਕੀ ਹੋਣਾ ਹੈਗਾ, ਜੋ ਸੰਗਤ ਦੀ ਫਰਿਆਦ ਹੁੰਦੀ ਹੈ ਨਾ, ਉਹ ਵੀ ਮੰਨੀ ਜਾਂਦੀ ਹੈ। ਗੁਰੂ ਨਾਨਕ ਸਾਹਿਬ ਨੇ ਇਹੋ ਕਿਹਾ ਵਾ ਵੀ ਸਭ ਤੋਂ ਵੱਡੀ ਸੰਗਤ ਆ, ਜੇ ਸੰਗਤ ਤੁਹਾਡੇ ਤੋਂ ਖੁਸ਼ ਹੈ ਨਾ, ਤਾਂ ਤੁਹਾਨੂੰ ਕੋਈ ਦੁਨੀਆਂ ਦੀ ਤਾਕਤ ਕਿਸੇ ਕੰਮ ਤੋਂ ਰੋਕ ਨਹੀਂ ਸਕਦੀ। ਅਤੇ ਮੇਰੀ ਸਵੇਰੇ 4 ਵਜੇ ਅਚਲ ਸਾਹਿਬ ਭੋਲੇ ਸ਼ੰਕਰ ਅਤੇ ਬਾਬੇ ਨਾਨਕ ਅੱਗੇ ਮੈਂ 24 ਘੰਟੇ ਮਸਤਕ ਰਹਿੰਦਾ ਵਾਂ, ਅਤੇ ਉੱਥੇ ਉਹਨੇ ਮੈਨੂੰ ਇਹੋ ਕਿਹਾ ਵਾ ਵੀ ਬਿੱਟੂ ਪੁੱਤ, ਸੰਗਤ ਕੋ ਅਖਵਾ ਅਤੇ ਫਿਰ ਤੇਰੀ ਕੋਈ ਟਿਕਟ ਕੋਈ ਨਹੀਂ ਰੋਕ ਸਕਦਾ। ਇਸ ਕਰਕੇ ਸੰਗਤ ਅੱਗੇ ਮੈਂ ਅਰਦਾਸ ਕਰਦਾ ਵੀ ਸੰਗਤ ਤੁਸੀਂ ਇਹ ਅਰਦਾਸ ਕਰੋ ਅਤੇ ਤੁਹਾਡੀ ਅਰਦਾਸ ਹੀ ਕਬੂਲ ਹੋਣੀ ਆ, ਮੇਰੇ ਕਹਿਣ 'ਤੇ ਕੁਛ ਨਹੀਂ ਹੋਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੱਲਬਾਤ ਕੀਤੀ ਹੈ ਜੀ, ਤੁਲੀ ਸਾਹਿਬ ਨੇ ਇੱਕੋ ਬੇਨਤੀ ਕੀਤੀ ਹੈ ਕਿ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਆਪਾਂ, ਅਤੇ ਸੰਗਤ ਦੇ ਵਿੱਚ ਰੰਗਤ ਹੈ, ਜੇ ਸੰਗਤ ਨੇ ਕਹਿ ਦਿੱਤਾ ਤਾਂ ਮੈਂ ਉਹਨਾਂ ਦੇ ਨਾਲ ਹਾਂ, ਜਿੱਦਾਂ ਉਹ ਕਹਿਣਗੇ ਤਾਂ ਮੈਂ ਉਹਨਾਂ ਦੇ ਨਾਲ ਚੱਟਾਨ ਵਾਂਗ ਖੜਾ ਵਾਂ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਉਹਨਾਂ ਤੱਕ ਪਹੁੰਚਣੀ ਚਾਹੀਦੀ ਹੈ ਕਿ ਜਿਹੜੇ ਪਿਆਰ ਕਰਦੇ ਨੇ, ਟੁੱਲੀ ਸਾਹਿਬ ਨੂੰ ਪਿਆਰ ਕਰਦੇ ਨੇ, ਪਿਆਰ ਤਾਂ ਸਾਰਾ ਬਟਾਲਾ ਕੀ ਗੁਰਦਾਸਪੁਰ ਵੀ ਕਰਦਾ ਹੈ, ਪਰ ਉਹਨਾਂ ਤੱਕ ਵੀਡੀਓ ਪਹੁੰਚਣੀ ਚਾਹੀਦੀ ਹੈ। ਲਾਈਕ ਅਤੇ ਕਮੈਂਟ ਜ਼ਰੂਰ ਕਰਿਓ, ਤਾਂ ਨਾਲ ਦੀ ਨਾਲ ਦੱਸਿਓ ਵੀ ਇਹਨਾਂ ਨੂੰ ਟਿਕਟ ਦਿੱਤੀ ਜਾਵੇ ਕਿ ਨਾ ਦਿੱਤੀ ਜਾਵੇ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਕੈਮਰਾ ਪਰਸਨ ਪਵਨ ਅਗਰਵਾਲ ਦੇ ਨਾਲ ਲੁਧਿਆਣਾ ਲਾਈਵ, ਲੱਕੀ ਰਾਜਪੂਤ, ਗੁਰਦਾਸਪੁਰ। ਟੁੱਲੀ ਸਾਹਿਬ, ਟੁੱਲੀ ਸਾਹਿਬ।